सतगुरु दाता। Tin vichon tishtiyan
Yeah.
सतगुरुदाता दयाल है। चांदनी चौंक विच शहीद किया जा रहा है ओ पिया ये गल कहता है। हर एक सोग जाके नहीं अवस्था समझनी बहुत जरूरी है। इतिहास सिर्फ कलमा नाल लिखिया होया उन्दे ते विश्वास ना करेओ। मैं हुणे तुहाडे नाल कुछ जिक्र करना चाहूंगा। श्री गुरु ग्रंथ साहिब ते श्री गुरु ग्रंथ साहिब विचली बाणी गुरु दा जीवन इतिहास है, क्योंकि गुरु कहंदा कुछ होर ते करदा कुछ होर नहीं, क्योंकि कहना बाणी हुंदी है करना इतिहास हुंदा है। जो कुछ करदा है
ਉਹਦੇ ਤੋਂ ਇਤਿਹਾਸ ਬਣਦਾ ਹੈ। ਜੋ ਕੁਝ ਕਹਿੰਦਾ ਹੈ ਉਹਨੂੰ ਅਸੀਂ ਗੁਰਬਾਣੀ ਆਖਦੇ ਹਾਂ। ਕਹਿਣਾ ਅਤੇ ਕਰਨਾ ਵੱਖਰਾ ਨਹੀਂ, ਗੁਰੂ ਦਾ ਨਹੀਂ। ਕਹੇ ਕੁਝ ਹੋਰ ਅਤੇ ਕਰੇ ਕੁਝ ਹੋਰ। ਇਸ ਲਈ ਗੁਰਬਾਣੀ ਨਾਲੋਂ ਵੱਖਰਾ ਕੋਈ ਇਤਿਹਾਸ ਨਹੀਂ ਹੋ ਸਕਦਾ, ਕਿਉਂਕਿ ਉਹਦੀ ਕਹਿਣੀ ਅਤੇ ਕਥਨੀ ਇੱਕੋ ਹੈ, ਕਰਨੀ ਅਤੇ ਕਥਨੀ ਇੱਕੋ ਹੈ। ਹੁਣ ਉਹਦੀ ਸਿਧਾਂਤ ਦੀ ਗੱਲ ਗੁਰਬਾਣੀ ਵਿੱਚ ਬੜੀ ਸਪਸ਼ਟ ਹੈ। ਸਤਿਗੁਰ ਸਭਨ ਦਾ ਭਲਾ ਮਨਾਏਂਦਾ, ਸਤਿਗੁਰ ਪੁਰਖ ਦਿਆਲ ਹੈ, ਸਤਿਗੁਰ ਪੁਰਖ ਦਿਆਲ ਹੈ, ਜਿਸ ਨੂੰ ਸਮਤ ਸਭ ਕੋਇ। ਇੱਥੇ ਲਫ਼ਜ਼ ਸਮਤ ਹੈ, ਸਮਤ ਨਹੀਂ। ਸਮਤ ਦਾ ਅਰਥ ਹੈ ਇੱਕੋ ਜਿਹਾ, ਸਮ ਜਿਹਨੂੰ ਸਾਰੇ ਇੱਕੋ ਜਿਹਾ ਹੀ ਦਿਸਦੇ ਨੇ। ਜਿਸ ਨੂੰ ਸਮਤ ਸਭ ਕੋ, ਇਸ ਲਈ ਇੱਕ ਦ੍ਰਿਸ਼ਟ ਘਰ ਦੇਖਦਾ, ਉਹ ਇੱਕੋ ਨਿਗਾਹ ਨਾਲ ਸਭ ਨੂੰ ਦੇਖਦਾ। ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਕਰਦੇ ਹਾਂ ਵੀ ਭਾਈ ਗੁਰਦਾਸ ਨੇ ਲਿਖਿਆ ਹੈ ਨਾ, ਬਾਬਾ ਦੇਖੇ ਦਿਹਾਣਧਾਰ ਜਲਤੀ ਸਭ ਪ੍ਰਿਥਵੀ ਦਿਸਾਈ, ਬਾਝੋਂ ਗੁਰੂ ਗੁਵਾਰ ਹੈ 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 ਕਰਦੀ ਸੁਣੀ ਲੁਕਾਈ। ਉਹ ਲੁਕਾਈ ਕੋਈ ਸਿੱਖਾਂ ਦੀ, ਅੱਜ ਕੱਲ੍ਹ ਸਾਡੇ ਤਸੱਵਰ ਕੀਤੇ ਹੋਏ ਸਿੱਖਾਂ ਦੀ ਨਹੀਂ ਸੀ, ਉਹਦੇ ਵਿੱਚ ਹਿੰਦੂ ਮੁਸਲਮਾਨ ਈਸਾਈ ਸਾਰੇ ਸਨ। ਅਗਲੀ ਲਾਈਨ ਵੀ ਹੈ, ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ। ਅਖੀਰਲੀ ਲਾਈਨ ਹੈ, ਚੜਿਆ ਸੋਧਨ ਉਹਨਾਂ ਨੂੰ ਸੁਧਾਰਨ, ਉਹਨਾਂ ਦੀ ਸਾਰ ਲੈਣ। ਬਾਬਾ ਚੜਿਆ ਕਿੰਦੀ ਧਰਤ ਲੁਕਾਈ, ਜਿਹੜੇ ਧਰਤੀ 'ਤੇ ਵਸਣ ਵਾਲੇ ਲੋਕ ਸਨ, ਤਾਂ ਕਿ ਉੱਥੇ ਉਸ ਟਾਈਮ 'ਤੇ ਜਿਹਨੂੰ ਅਸੀਂ ਤਸੱਵਰ ਕਰਨੇ ਹਾਂ ਉਹ ਸਿੱਖ ਸਨ। ਅਤੇ ਜੇ ਗੁਰੂ ਨਾਨਕ ਸਾਰੀ ਧਰਤੀ ਦੀ ਲੁਕਾਈ ਦੀ ਸਾਰ ਲੈਂਦਾ ਹੈ, ਤਾਂ ਫਿਰ ਗੁਰੂ ਨਾਨਕ ਸਰਵ ਸ੍ਰਿਸ਼ਟੀ ਦਾ ਗੁਰੂ ਹੋਇਆ। ਅਸੀਂ ਕਿਵੇਂ ਕਬਜ਼ਾ ਕਰ ਬੈਠੇ ਹਾਂ, ਸਿਧਾਂਤ ਨਹੀਂ ਸਮਝਦੇ। ਅੱਜ ਦੇ ਸ਼ਬਦ ਦੇ ਵਿੱਚ ਵੀ ਇਹੋ ਸਿਧਾਂਤ ਹੈ। ਸਤਿਗੁਰ ਸਭਨ ਦਾ ਭਲਾ ਮਨਾਏਂਦਾ, ਜੇ ਅਰਦਾਸ ਕਰਦਾ ਤੇ ਆਖਦਾ ਜਗਤ ਜਲੰਦਾ ਰੱਖ ਲੈ, ਉਸ ਜਗਤ ਵਿੱਚ ਉਸ ਸੰਸਾਰ ਵਿੱਚ ਕੋਈ ਗਿਣੇ ਮਿੱਥੇ ਲੋਕ ਰਹਿੰਦੇ ਨੇ, ਇੱਕ ਵਿਚਾਰਧਾਰਾ ਦੇ ਲੋਕ ਰਹਿੰਦੇ ਨੇ, ਇੱਕੋ ਬਾਣੀ ਬਾਣਾਂ ਦੇ ਲੋਕ ਰਹਿੰਦੇ ਨੇ, ਬਿਲਕੁਲ ਨਹੀਂ। ਪਰ ਆਵਾਜ਼ ਇਹ ਦਿੱਤੀ ਜਾ ਰਹੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾ, ਸਤਿਗੁਰ ਸਭਨਾ ਦਾ ਭਲਾ ਮਨਾ। ਆਪਸ ਵਿੱਚ ਜਦੋਂ ਆਹਮੋ ਸਾਹਮਣੇ ਰੱਖ ਕੇ ਵਿਚਾਰਾਂਗੇ ਆਪਣੇ ਆਪ ਹੀ ਫੈਸਲੇ ਹੋ ਜਾਣਗੇ, ਉਹ
ਤਾਂ ਸਾਰਿਆਂ ਦਾ ਭਲਾ ਮੰਗ ਰਿਹਾ ਹੈ, ਕਿਸੇ ਇੱਕ ਦਾ ਨਹੀਂ, ਦੁਸ਼ਮਣ ਦਾ ਵੀ, ਵੈਰੀ ਤੇ ਮਿੱਤਰ ਨੂੰ ਬਰਾਬਰ ਸਮਝ ਰਿਹਾ ਹੈ। ਆਪਣੇ ਲਾਈਨ ਆਈ ਹੈ ਗੁਰਬਾਣੀ ਦੀ ਕਿ ਉਹ ਨਿਰਵੈਰਾਂ ਨਾਲ ਵੀ, ਨਿਰਵੈਰਾਂ ਨੂੰ ਵੀ ਨਿਰਵੈਰ ਨਿਰਵੈਰ ਹੋਣ ਕਰਕੇ ਵੈਰੀਆਂ ਨੂੰ ਵੀ ਨਿਰਵੈਰ ਹੀ ਆਖਦਾ। ਤੇ ਕੀ ਕਾਰਨ ਹੈ ਫਿਰ? ਉਹਨੂੰ ਸ਼ਹੀਦ ਕਰਨ ਵਾਲਾ ਕੌਣ ਹੈ? ਉਹਨੂੰ ਅਸੀਂ ਕਿਸ ਗਿਣਤੀ ਵਿੱਚ ਰੱਖਾਂਗੇ? ਉਹਦੇ ਵੱਲੋਂ ਮੂੰਹ ਮੋੜ ਜਾਣ ਵਾਲਾ ਕੌਣ ਹੈ? ਹੁਣੇ ਸ਼ਬਦ ਪੜਿਆ ਜਾ ਰਿਹਾ ਸੀ ਜਿਹਦੇ ਚ ਲਫਜ਼ ਸਨ, ਸਾਹਿਬ ਨਿਤਾਨਿਆ ਕਾ ਤਾਣ, ਤੇ ਨਿਸ਼ਾਨੀ ਕੀ ਸੀ? ਜਾਂ ਕੋ ਮੁਸ਼ਕਲ ਅਤ ਬਣੇ ਕੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਵਿਭਾਜ ਖਲੇ। ਲਫ਼ਜ਼ ਜਾਕੋ ਆਇਆ, ਜਾਕੋ ਲਫ਼ਜ਼ ਤਾਂ ਕਿਸੇ ਖਾਸ ਫਿਰਕੇ ਨਾਲ, ਕਿਸੇ ਖਾਸ ਵਿਚਾਰਧਾਰਾ ਨਾਲ ਸੰਬੰਧ, ਜਾਕੋ ਦਾ ਮਤਲਬ ਕੋਈ ਵੀ। ਜਾਕੋ ਮੁਸ਼ਕਲ ਹੱਥ ਬਣੇ ਭਜ ਖਲੇ, ਸਭੋ ਭਜੇ ਆਸਰਾ ਚੁੱਕੇ ਸਭ ਅਸਰਾ, ਚਿਤ ਆਵੇ ਉਸ ਪਾਰ ਬ੍ਰਹਮ, ਚਿਤ ਆਵੇ ਉਸ ਪਾਰ ਬ੍ਰਹਮ, ਲੱਗੇ ਨ ਤੱਤੀਵਾ ਚਿਤ ਆਵੇ ਉਸ ਪਾਰ ਬ੍ਰਹਮ, ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਜੋ ਸ਼ਰਨ ਆਵੇ ਸਤਿਗੁਰ ਸਭਨਾ ਦਾ ਭਲਾ ਮਨਾਏ, ਦਰਬਾਰ ਮੈਂ ਤੇਰੋ ਦਰਬਾਰਾ, ਸ਼ਰਨ ਪਾਲਨ ਟੀਕਾ, ਸ਼ਰਨ ਆਏ ਨੂੰ ਸੰਭਾਲਣਾ, ਉਹਦੀ ਪਾਲਣਾ ਕਰਨਾ, ਇਹ ਉਸਦੇ ਦਰਬਾਰ ਦਾ ਫੈਸਲਾ ਟੀਕਾ ਹੈ, ਇਹ ਉਸਦੀ ਮੰਜ਼ਿਲ ਹੈ, ਇਹ ਉਸਦਾ ਫੈਸਲਾ ਹੈ, ਸਰਨ ਪਾਲਨ ਟੀਕਾ। ਤੇ ਇਹੋ ਹੀ ਸੁਣ ਕੇ ਆਉਣ ਵਾਲਾ ਆਉਂਦਾ, ਗੁਰਬਾਣੀ ਆਖ ਰਹੀ, ਜੋ ਸ਼ਰਨ ਆਵੇ ਗੱਲ ਆਖ ਰਿਹਾ, ਸਰਨ ਜੋਗ ਸੁਣ, ਜਦੋਂ ਤਾਂ ਸੁਣਿਆ ਨਾ ਵੀ ਤੂੰ ਸ਼ਰਨ ਜੋਗ ਹੈ, ਜਿਹੜਾ ਵੀ ਸ਼ਰਨ ਆਉਂਦਾ ਉਹਦੀ ਬਾਂਹ ਫੜ ਲੈਣਾ, ਮੈਂ ਇਸੇ ਲਈ ਤੇਰੀ ਸ਼ਰਨ ਆਇਆ। ਸਰਨ ਜੋਗ ਸੁਣ ਜੋ ਤੇਰੀ
ਕਾਲਜ ਸੰਸਾਰ ਸਰਨ ਜੋਗ ਸੁਨ ਸਰਨੀ ਆਏ ਤ੍ਰਾਹੇ ਤ੍ਰਾਹੇ ਕਰ ਸਰਨੀ ਆਏ ਤ੍ਰਾਹ ਦਾ ਮਤਲਬ ਹੁੰਦਾ ਡਰ ਕੇ ਤਰਾ ਨਿਕਲ ਜਾਣਾ ਮੈਂ ਤਰਾ ਕੇ ਜਦੋਂ ਮੈਨੂੰ ਕੋਈ ਸਹਾਰਾ ਨਾ ਮਿਲਿਆ ਤਾਂ ਮੈਂ ਤੇਰੀ ਸ਼ਰਨ ਆਇਆ ਮੈਂ ਦੋਨੋਂ ਪੱਖ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਰੱਖਣਾ ਚਾਹੁੰਦਾ ਤ੍ਰਾਹੇ ਤ੍ਰਾਹੇ ਕਰ ਸਰਨੀ ਆਏ ਜਲ ਤੋਂ ਕਿਰਪਾ ਕੀ ਜੈ ਤ੍ਰਾਹੇ ਤ੍ਰਾਹੇ ਕਰ ਸਰਨੀ ਆਏ ਉੱਪਰ ਭੁਜਾ ਕਰ ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ ਹਾਲ ਪਾ ਰਿਹਾ ਪਾਉਣਾ ਹੋਵੇ ਨਾ ਤੇ ਪ੍ਰਾਣੀ ਇੱਕ ਆਦਿਤ ਸੁਭਾਅ ਲਫਜ਼ ਬਣੇ ਹੋਏ ਸਨ ਕਿ ਹੱਥ ਖੜੇ ਕਰ ਦੇਣੇ ਆਵਾਜ਼ ਦੇਣੀ ਕੋਈ ਮੇਰੀ ਬੌੜੀ ਕਰੇ ਗੁਰੂ ਨੇ ਉਹ ਲਫਜ਼ ਬਾਣੀ ਵਿੱਚ ਵਰਤੇ ਨੇ ਮਹਾਰਾਜ ਮੈਂ ਤਾਂ ਤੇਰੇ ਦਰ 'ਤੇ ਆਇਆ ਉੱਪਰ ਭੁਜਾ ਕਰਕੇ ਬਸ ਮੇਰਾ ਹੁਣ ਬਾਕੀ ਕੋਈ ਸਹਾਰਾ ਨਹੀਂ ਗੁਰ ਪੈ ਪੁਕਾਰਿਆ ਹਾਂ ਹਾਂ ਪ੍ਰਭ ਰਾਖ ਲਿਆ ਹਾਂ ਹਾਂ ਲਫ਼ਜ਼ ਵੀ ਉਦੋਂ ਵਰਤਿਆ ਜਾਂਦਾ ਹੈ ਜਦੋਂ ਹਾਲ ਪਾਰਿਆ ਪਾਉਣਾ ਹੋਵੇ ਹੁਣ ਇੱਥੋਂ ਤੱਕ ਇੱਕ ਪੱਖ ਹੈ ਕਿ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਨ ਆਏ ਨੇ ਉਹ ਜ਼ਰੂਰ ਤਰਾਤ ਕੇ ਆਏ ਨੇ ਉਹਨਾਂ ਆ ਕੇ ਜ਼ਰੂਰ ਹਾਲ ਪਾ ਰਿਹਾ ਪਾਇਆ ਇਸ ਵਿੱਚ ਵੀ ਕੋਈ ਦੋ ਰਹਿਣ ਨਹੀਂ ਅਤੇ ਆਏ ਵੀ ਇਹ ਸੁਣ ਕੇ ਨੇ ਕਿ ਤੂੰ ਸਰਨ ਸਮਰੱਥ ਹੈ ਸਰਨ ਯੋਗ ਸੁਣ ਸਰਨੀ ਆਏ ਪਹਿਲਾਂ ਅਮਰਨਾਥ ਦੇ ਮੰਦਰ 'ਤੇ ਗਏ ਨੇ ਕਿਉਂਕਿ ਕਸ਼ਮੀਰ ਦੇ ਰਹਿਣ ਵਾਲੇ ਨੇ ਕਸ਼ਮੀਰ ਵਿੱਚ ਮੁੱਖ ਧਾਰਮਿਕ ਅਸਥਾਨ ਜਿਹੜਾ ਉਹਨਾਂ ਦਾ ਹੈ ਉਹ ਅਮਰਨਾਥ ਦਾ ਮੰਦਰ ਹੈ ਸਾਖੀਕਾਰ ਇਹ ਗੱਲ ਲਿਖਦਾ ਹੈ ਕਿ ਅਮਰਨਾਥ ਦੇ ਮੰਦਰ ਗਏ ਨੇ ਉੱਥੋਂ ਬਾਣੀ ਫੜੀ ਗਈ ਕੋਈ ਵਿਸ਼ਵਾਸ ਧੀਰਜ ਨਹੀਂ ਮਿਲਿਆ ਕਹਿੰਦਾ ਤਾਂ ਲਿਖਾਰੀ ਇਹ ਹੈ ਕਿ ਉੱਥੋਂ ਆਵਾਜ਼ ਆਈ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਦੀ ਨੌਵੀਂ ਜੋਤ ਦੀ ਸ਼ਰਨ ਚਲੇ ਜਾਓ ਚਲੋ ਖੈਰ ਮੈਂ ਇਤਿਹਾਸਿਕ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਆਏ ਨੇ ਸਰਨ ਯੋਗ ਸੁਣ ਸਰਨੀ ਆਏ ਆਏ ਅਤੇ ਕਿਹੜੀ ਅਜੀਬ ਗੱਲ ਹੈ ਸਰਨ ਯੋਗ ਸੁਣ ਕੇ ਜਿਹੜੇ ਆਏ ਨੇ ਉਹਨਾਂ ਨੂੰ ਸ਼ਰਨ ਦਿੱਤੀ ਵੀ ਹੈ ਸ਼ਰਨ ਦਿੱਤੀ ਵੀ ਹੈ ਇੱਥੋਂ ਹੁਣ ਬਹੁਤ ਕੁਝ ਬਦਲ ਗਿਆ ਹੈ ਸ਼ਰਨ ਦੇਣਾ ਬਾਂਹ ਫੜਨੀ ਉਹਨਾਂ ਦੀ ਸਹਾਇਤਾ ਕਰਨੀ ਆਪਾਂ ਵਾਰ ਕੇ ਸਹਾਇਤਾ ਕਰਨੀ ਇੱਥੋਂ ਤੱਕ ਇਤਿਹਾਸ ਨੇ ਦੋ ਤਿੰਨ ਥਾਵਾਂ 'ਤੇ ਜ਼ਿਕਰ ਕਰਕੇ ਸਪਸ਼ਟ ਕਰ ਦਿੱਤਾ ਪਰ ਅਗਲੇ ਪਾਸੇ ਇੱਕ ਗੱਲ ਸਾਡੇ ਸਾਹਮਣੇ ਜਿਹੜੀ ਆਈ ਉਹ ਅਸੀਂ ਦੇਖਣੀ ਹੈ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਸ਼ਹੀਦ ਕੀਤਾ ਗਿਆ ਜਿਨ੍ਹਾਂ ਲੋਕਾਂ ਨੇ ਜਾ ਕੇ ਇਹ ਸ਼ਰਤ ਰੱਖੀ ਸੀ ਆਪਣੇ ਵੱਲੋਂ ਕਿ ਜੇ ਹਿੰਦੂਆਂ ਦਾ ਗੁਰੂ ਤੇਗ ਬਹਾਦਰ ਇਸਲਾਮ ਕਬੂਲ ਲਏ
ਤਾਂ ਅਸੀਂ ਆਪਣੇ ਆਪ ਸਾਰੇ ਇਸਲਾਮ ਕਬੂਲ ਲਵਾਂਗੇ। ਚਲੋ, ਮੈਂ ਪਹਿਲੇ ਅਰਜ਼ ਕੀਤੀ ਵੀ ਮੈਂ ਇਤਿਹਾਸਿਕ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਕੁਝ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਇਹ ਸ਼ਰਤ ਰੱਖੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ ਮੇਰੇ ਲਈ ਧਰਮ ਵੱਖਰੇ ਨਹੀਂ, ਧਰਮ ਵੱਖਰੇ ਨਹੀਂ, ਪਰ ਇਨਸਾਨੀਅਤ ਦੇ ਨਾਤੇ ਕਿਸੇ ਨੂੰ ਗੁਲਾਮ ਬਣਾ ਕੇ। ਔਰ ਇਹੋ ਚੀਜ਼ ਮੈਂ ਹੈਰਾਨ ਇਸ ਗੱਲ 'ਤੇ ਹੁੰਦਾ ਕਿ ਗੁਰੂ ਨਾਨਕ ਦੇ ਕਿਸੇ ਸਿਧਾਂਤ ਵਿੱਚ ਇਹ ਨਹੀਂ ਲਿਖਿਆ ਵੀ ਜ਼ਬਰਨ ਕਿਸੇ ਕੋਲੋਂ ਜਪਜੀ ਪੜ੍ਹਾਇਆ ਜਾਏ, ਜ਼ਬਰਨ ਕਿਸੇ ਕੋਲੋਂ ਧਰਮ ਅਪਣਾਇਆ। ਕਹਿਣ ਲੱਗੇ ਨਹੀਂ, ਧਰਮ ਜ਼ਬਰਨ ਹੁੰਦਾ ਹੀ ਨਹੀਂ, ਧਰਮ ਮਨ ਦੀ ਇੱਛਾ ਨਾਲ ਅਤੇ ਮਨ ਦੇ ਫੈਸਲੇ ਨਾਲ ਹੁੰਦਾ ਹੈ। ਇਸ ਲਈ ਧਰਮ ਕੈਦ ਨਹੀਂ, ਜਿਹੜਾ ਜ਼ਬਰਨ ਹੋਵੇ ਉਹ ਕੈਦ ਹੈ, ਧਰਮ ਕੈਦ ਨਹੀਂ, ਧਰਮ ਇੱਕ ਖੁਸ਼ੀ ਹੈ। ਅਤੇ ਉਹ ਖੁਸ਼ੀ ਅੱਜ ਵੀ ਛੀਨੀ ਜਾ ਰਹੀ ਹੈ। ਮੈਂ ਪਿਛਲੇ ਦਿਨਾਂ 'ਚ ਵੀ ਇੱਕ ਪੋਸਟ ਪਾਈ ਸੀ ਵੀ ਜੇ ਅਜੀਬ ਗੱਲ ਹੈ, ਔਰੰਗਜ਼ੇਬ ਇਹ ਗੱਲ ਕਹਿੰਦਾ ਹੈ ਕਿ ਮੈਂ ਮੁਸਲਮਾਨ ਬਣਾਉਣ ਲਈ ਹਰ ਬ੍ਰਾਹਮਣ ਨੂੰ ਟਾਈਮ ਦੇਣਾ, ਇੰਨੇ ਸਮੇਂ ਅੰਦਰ ਉਹ ਮੁਸਲਮਾਨ ਬਣ ਗਿਆ, ਨਹੀਂ ਤਾਂ ਮਾਰ ਦਿੱਤਾ ਜਾਏਗਾ। ਮੰਨ ਲਓ ਮੁਸਲਮਾਨ ਹੀ ਬਣਾਉਂਦਾ ਨਾ, ਗੁਰੂ ਨੇ ਵੀ ਬਾਣੀ ਵਿੱਚ ਕਹਿ ਦਿੱਤਾ ਮੁਸਲਮਾਨ ਕਹਾਉਣ ਮੁਸ਼ਕਲ। ਕਹਿਣ ਲੱਗੇ ਸੌਖੀ ਗੱਲ ਨਹੀਂ, ਬੜੀ ਵੱਡੀ ਗਨੀਮਤ ਹੈ ਮੁਸਲਮਾਨ ਬਣਨਾ। ਗੁਰਬਾਣੀ ਕਹਿ ਰਹੀ ਮੁਸਲਮਾਨ ਕਹਾਉਣ ਮੁਸ਼ਕਲ, ਜੇ ਹੋਏ ਤਾਂ ਮੁਸਲਮਾਨ ਕਹਾਵੇ, ਜੇ ਹੋ ਸਕਣਾ ਤਾਂ ਮੁਸਲਮਾਨ ਜ਼ਰੂਰ ਬਣ ਕਹਾ। ਪਰ ਆਹ ਗੱਲਾਂ ਯਾਦ ਰੱਖ, ਅਵਲ ਔਲ ਦੀਨ ਕੋ ਮਿੱਠਾ ਮੁਸ਼ਕਲ ਮਾਨਾ ਮਾਲ ਮੁਸਾਵਾ, ਹੋਏ ਮੁਸਲਿਮ ਦੀਨ ਮੁਹਾਣੇ ਮਰਨ ਜੀਵਨ ਕਾ ਭਰਮ ਚੁਕਾਵੇ, ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ, ਤਾਂ ਨਾਨਕ ਸਰਬ ਜੀਆਂ ਮੁਰੰਮਤ ਹੋਏ ਤਾਂ ਮੁਸਲਮਾਨ ਗਾਵੇ। ਕਹਿਣ ਲੱਗੇ ਮੈਨੂੰ ਕੋਈ ਪਰੇਸ਼ਾਨੀ ਨਹੀਂ, ਤੂੰ ਮੁਸਲਮਾਨ ਬਣ। ਔਰੰਗਜ਼ੇਬ ਕਹਿੰਦਾ ਹੈ ਮੈਂ ਜ਼ਬਰਨ ਬਣਾਉਣਾ, ਜੇ ਉਦੋਂ ਜ਼ਬਰਨ ਮੁਸਲਮਾਨ ਬਣਾਉਣਾ ਗੁਰੂ ਨਾਨਕ ਗੁਰੂ ਘਰ ਅੰਦਰ ਜਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਨਾਨਕ ਦੀ ਨੌਵੀਂ ਜੋਤ ਨੂੰ ਉਹਦੇ ਸਾਹਮਣੇ ਦੀਵਾਰ ਬਣ ਕੇ ਖੜਾ ਹੋਣਾ ਪਿਆ, ਨਹੀਂ ਬਣਾ ਸਕਦਾ। ਉਹਦਾ ਮਤਲਬ ਇਹ ਨਹੀਂ ਸੀ ਕਿ ਮੁਸਲਮਾਨ ਦੇ ਖਿਲਾਫ ਨੇ, ਮੈਂ ਹੁਣੇ ਅਰਜ਼ ਕੀਤੀ ਗੁਰਬਾਣੀ ਵਿੱਚ ਬੜਾ ਸਪਸ਼ਟ ਆ, ਮੁਖਾਲਫਤ ਨਹੀਂ ਸੀ, ਸਿਰਫ ਜ਼ਬਰ ਦਾ ਮੁਕਾਬਲਾ ਸੀ ਵੀ ਮੈਂ ਜ਼ਬਰਨ ਨਹੀਂ ਬਣਾਉਂਦਾ। ਅਤੇ ਜੇ ਉਦੋਂ ਔਰੰਗਜ਼ੇਬ ਦਾ ਉਹ ਕਰਮ ਮਾੜਾ ਸੀ ਅਤੇ ਅੱਜ ਸਦੀਆਂ ਬਾਅਦ ਜੇ ਕੋਈ ਆਖੇ ਮੈਂ ਜ਼ਬਰਨ ਹਿੰਦੂ ਬਣਾਉਣਾ ਹੈ, ਤਾਂ ਫਿਰ ਔਰੰਗਜ਼ੇਬ ਤੋਂ ਘੱਟ ਕਿਵੇਂ ਹੋਇਆ? ਜ਼ਬਰਨ ਤਾਂ ਕੋਈ ਵੀ ਧਰਮ ਨੂੰ ਗੁਰੂ ਨਾਨਕ ਆਖ ਰਿਹਾ ਜ਼ਬਰਨ ਨਹੀਂ। ਅੱਜ ਜੇ 2-4 ਮਹੀਨੇ ਲਗਾਤਾਰ ਇੱਕ ਸਟੇਟ ਵਿੱਚ ਕਤਲਾਮ ਹੁੰਦੀ ਹੈ ਇਸਲਾਮ ਦੀ ਮੁਸਲਮਾਨ ਦੀ, ਜਿਉਂ ਦੀਆਂ ਮਸਜਿਦਾਂ ਢਾਈਆਂ ਜਾਂਦੀਆਂ ਨੇ, ਤਾਂ ਔਰੰਗਜ਼ੇਬ ਨਾਲੋਂ ਕੀ ਫਰਕ ਹੋਇਆ? ਗੁਰੂ ਨਾਨਕ ਦੇ ਘਰ ਦਾ ਜਿਹੜਾ ਸਿਧਾਂਤ ਹੈ ਉਹ ਇਹ ਕਹਿੰਦਾ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਕਿਸ ਦਾ ਬੁਰਾ ਕਿਉਂ ਹੋਏ। ਉਹ ਤਾਂ ਸਾਰਿਆਂ ਦਾ ਭਲਾ ਮੰਗਦਾ, ਮੁਸਲਮਾਨ ਚੰਗਾ ਮੁਸਲਮਾਨ ਬਣੇ, ਹਿੰਦੂ ਚੰਗਾ ਹਿੰਦੂ ਬਣੇ, ਸਿੱਖ ਚੰਗਾ ਸਿੱਖ ਬਣੇ, ਈਸਾਈ ਚੰਗਾ, ਕੋਈ ਫਰਜ਼ ਨਹੀਂ। ਆਪਣੇ ਧਰਮ ਵਿੱਚ ਵਿਸ਼ਵਾਸ ਰੱਖ ਕੇ ਆਪਣੀ ਆਤਮਿਕ ਸ਼ਾਂਤੀ ਅਤੇ ਖੇੜਾ ਪੈਦਾ ਕਰਨਾ ਹੈ,
मसला गुरु नानक दे घर दा सिद्धांत ये कहता है ताई वो आख सकता है कि जगत जलंधर रख लै अपनी कृपा धार है ताई चढ़िया सोधन धरत लुकाई बन सकता है पर ये सब कुछ होंदे होया बुरा क्यों होया किसका बुरा क्यों हो मसला फिर इतने सतगुर सभना का भला मना किसका बुरा क्यों हो शहीद करना गिरफ्तार करना एक नहीं दो चार नाल दे साथियों भी शहीद करना आखिर ये सब कुछ भले बच्चे तो नहीं आख सकते बुरे बच्चे ही आखेंगे किसका बुरा क्यों हो इतने एक लफज गुरबाणी विचों तुहाडे नाल सांझे करना सतगुरु कहते हैं किया ना जाने किया ना जाने अकिरत कान विच जोनी फिरते कहते नहीं अकिरत कान किनू कहते हैं ਇਹਨੂੰ ਵੀ ਨਾਲ ਸਮਝ ਲਈਏ ਅੱਜ ਦੇ ਇਤਿਹਾਸ ਦੇ ਬਹੁਤ ਨੇੜੇ ਨੇੜੇ ਪਹੁੰਚ ਜਾਵਾਂਗੇ ਅਤੇ ਇਸ ਸਵਾਲ ਦਾ ਜਵਾਬ ਵੀ ਮਿਲ ਜਾਏਗਾ ਕਿ ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ ਅਤੇ ਇਸਦਾ ਬੁਰਾ ਕਿਉਂ ਹੋਏ ਕਿਵੇਂ ਹੋਵੇ ਜਦੋਂ ਸਾਰਿਆਂ ਦਾ ਹੀ ਭਲਾ ਮਨਾਉਂਦਾ ਸਾਰੇ ਮਿੱਤਰ ਹੋਣੇ ਚਾਹੀਦੇ ਨੇ ਉਸਦਾ ਬੁਰਾ ਕੌਣ ਕਰਨ ਵਾਲਾ ਹੈ ਤਾਂ ਉਹਦਾ ਜਵਾਬ ਸੀ ਉਹ ਹੈ ਅਕਿਰਤ ਕੰਤਾ ਜਿਹੜਾ ਕੀਤੇ ਹੋਏ ਭਲੇ ਨੂੰ ਨਾ ਜਾਣਨ ਵਾਲਾ ਗੁਰੂ ਕਹਿੰਦੇ ਨੇ ਤੁਮ ਕਰੋ ਭਲਾ ਤੁਮ ਕਰੋ ਭਲਾ ਹਮ ਭਲੋ ਨਾ ਜਾਣ ਵੱਖਰੀ ਕਿ ਤੂੰ ਆਪਣਾ ਆਦਤ ਆਪਣੀ ਆਦਤ ਆਪਣਾ ਸੁਭਾਅ ਨਹੀਂ ਛੱਡਦਾ ਅੱਜ ਤੱਕ ਵੀ ਭਲਾਈ ਕਰ ਰਿਹਾ ਪਰ ਜਿਹੜੇ ਭਲੇ ਨੂੰ ਨਾ ਜਾਣਨ ਉਹਨਾਂ ਨੂੰ ਅਕਿਰਤ ਕਾਣਾ ਆਖਦੇ ਨੇ ਸਾਡੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਕੇਵਲ ਪਰਖਣ ਲਈ ਅਤੇ ਪਛਾਣਨ ਲਈ ਵੀ ਉਹ ਕੌਣ ਲੋਕ ਨੇ ਜਿਹੜੇ ਇਸ ਦ੍ਰਿੜਤਾ ਵਾਲੇ ਸੰਤ ਦੇ ਸਾਧੂ ਦੇ ਗੁਰੂ ਦੇ ਪੈਰੋਕਾਰ ਬਣੇ ਹੋਏ ਨੇ ਪਛਾਣ ਲਵਾਂ ਇਸ ਲਈ ਕਹਿੰਦੇ ਨੇ ਇਤਿਹਾਸਕਾਰ ਲਿਖਦਾ ਕਿ ਸ਼ਹੀਦੀ ਤੋਂ ਬਾਅਦ ਇਹ ਆਵਾਜ਼ ਦਿੱਤੀ ਗਈ ਜੇ ਕੋਈ ਇਹਦਾ ਸਿੱਖ ਹੈ ਇਹਨੂੰ ਮੰਨਣ ਵਾਲਾ ਹੈ ਤਾਂ ਉਹ ਸਰੀਰ ਲਿਜਾ ਸਕਦਾ ਹੈ ਨਾ ਜਾਣੇ ਉਦੋਂ ਦੇ ਨਿਯਮ ਮੁਤਾਬਕ ਇਹੋ ਜਿਹੀਆਂ ਸਜ਼ਾਵਾਂ ਜਿਹੜੀਆਂ ਉਦੋਂ ਪਬਲਿਕ ਵਿੱਚ ਦਿੱਤੀਆਂ ਜਾਂਦੀਆਂ ਸਨ ਇਸੇ ਲਈ ਚੌਕ ਵਿੱਚ ਦਿੱਤੀ ਗਈ ਸੀ ਉਦੋਂ ਇਹਦਾ ਨਾਂ ਚਾਂਦਨੀ ਚੌਕ ਸੀ ਗੁਰਦੁਆਰਾ ਨਹੀਂ ਸੀ ਕੋਈ ਪੜਦਾ ਨਹੀਂ ਸੀ ਕੋਈ ਦੀਵਾਰ ਨਹੀਂ ਸੀ ਇੱਕ ਚੌਕ ਸੀ ਚੁਰਾਇਆ ਜਿੱਥੇ ਸੈਂਕੜੇ ਅਤੇ ਹਜ਼ਾਰਾਂ ਆਦਮੀਆਂ ਦੀ ਆਮਦ ਰਫਤ ਹੁੰਦੀ ਹੈ ਉਸ ਚੁਰਾਹੇ ਵਿੱਚ ਦਿੱਤੀ ਗਈ ਸੀ ਸੈਂਕੜੇ ਅਤੇ ਹਜ਼ਾਰਾਂ ਆਦਮੀ ਚੌਗਿਰਦੇ ਸਨ ਵੇਖਣ ਵਾਲੇ ਜਿਸ ਵੇਲੇ ਆਵਾਜ਼ ਦਿੱਤੀ ਗਈ ਕਿ ਇਹਦਾ ਕੋਈ ਪੈਰੋਕਾਰ ਹੈ ਤਾਂ ਉਹ ਸਰੀਰ ਲਿਜਾ ਸਕਦਾ ਹੈ ਇੱਥੇ ਪਤਾ ਲੱਗ ਗਿਆ ਕਿ ਕੀਆ ਨਾ ਜਾਣੇ ਅਕਿਰਤ ਕਾਣੇ ਜਿਹੜੇ ਕਦੀ ਆਖਦੇ ਸਨ ਤਰਾਏ ਤਰਾਏ ਕਰ ਸਰ ਨਹੀਂ ਆਏ ਜਲ ਤੋਂ ਕਿਰਪਾ ਕੀਜੀਏ ਜਿਹੜੇ ਕਹਿੰਦੇ ਸਨ ਹਾਂ ਹਾਂ ਪ੍ਰਭ ਰੱਖ ਲਿਓ ਜਿਹੜੇ ਕਹਿੰਦੇ ਸਨ ਸਰਨ ਯੋਗ ਸੁਣ ਸਰ ਨਹੀਂ ਆਏ ਉਹਨਾਂ ਵਿੱਚੋਂ ਕਿਸੇ ਨੇ ਦਮ ਭਰ ਕੇ ਹੱਥ ਉੱਚਾ ਕਰਕੇ ਜਿਹੜੇ ਕਦੇ ਕਹਿੰਦੇ ਕਹਿੰਦੇ ਸਨ ਵੀ ਉੱਪਰ ਪੂਜਾ ਕਰ ਮੈਂ ਗੁਰੂ ਭਾਈ ਪੁਕਾਰਿਆ ਤਿੰਨ ਹੋ ਲਿਆ ਉਬਾਰੀ ਹੁਣ ਉਹ ਉੱਪਰ ਪੂਜਾ ਕਰਕੇ ਨਹੀਂ ਆਖ ਰਹੇ ਕਿ ਮੈਂ ਇਹਦਾ ਸਿੱਖ ਹਾਂ
ਮੈਂ ਇਹਦਾ ਸਿੱਖ ਹਾਂ। ਅੱਜ ਵੀ ਨਿਗਾਹ ਮਾਰਿਓ, ਕਦੀ ਵੀ ਪੁਰਾਣਾ ਹਿਸਟਾ ਹਿਸਟਰੀ ਲਿਖੀ ਇਸੇ ਲਈ ਜਾਂਦੀ ਹੈ ਤਾਂ ਜਿਸ ਬੀਤੇ ਸਮੇਂ ਤੋਂ ਮਨੁੱਖ ਅੱਜ ਆਪਣੇ ਆਪ ਨੂੰ ਪਛਾਣ ਸਕਦੇ ਹੈ। ਅੱਜ ਵੀ ਨਿਗਾਹ ਪਾ ਰਿਹਾ, ਕਿਸ ਖੌਫ ਦੇ ਕਾਰਨ ਅਸੀਂ ਅਨੇਕਾਂ ਵਾਰ ਭਰੇ ਦਰਬਾਰਾਂ ਵਿੱਚ ਗੁਰੂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਨੂੰ ਕਬੂਲਦੇ ਨਹੀਂ, ਕਿਉਂਕਿ ਉਹੋ ਹੀ ਸਮਾਂ ਸਾਡੇ ਸਾਹਮਣੇ ਆ ਜਾਂਦਾ, ਸਜ਼ਾ ਨਾ ਮਿਲ ਜਾਂਦੀ, ਕੋਈ ਕੇਸ ਨਾ ਬਣਾ ਦੇਣ ਜੀ, ਸਾਡੇ ਸਾਹਮਣੇ ਆ ਜਾਂਦਾ। ਪਰ ਗੁਰੂ ਨੇ ਇੱਕ ਆਵਾਜ਼ ਦਿੱਤੀ, ਕਹਿਣ ਲੱਗੇ ਮੈਂ ਤੁਹਾਡੇ ਸਾਹਮਣੇ ਇੱਕ ਦੱਸਣਾ ਚਾਹੁੰਦਾ ਕਿ ਕੀਆ ਨਾ ਜਾਣੇ ਅਕਿਰਤ ਕਾਣਾ ਵਿੱਚ ਜੋਨੀ ਫਿਰਤੇ। ਅਕਿਰਤ ਕਾਣਾ ਉਹ ਹੈ ਜਿਹੜਾ ਕੀਤਾ ਨਹੀਂ ਜਾਣਦਾ, ਅਤੇ ਉਹਦੀ ਹਾਲਤ ਵੀ ਗੁਰੂ ਨੇ ਬਾਣੀ ਵਿੱਚ ਦੱਸ ਦਿੱਤੀ। ਕਹਿਣ ਲੱਗੇ ਨਰਕ ਕੋਹਰ ਬਹੁਤ ਦੁੱਖ ਘਣੇ, ਅਕਿਰਤ ਕਣਾ ਕਾ ਥਾਨ। ਕਹਿੰਦੇ ਨੇ ਮੈਂ ਇਹ ਵੀ ਦੱਸਦੇ ਹਾਂ ਕਿ ਅਕਿਰਤ ਕਣ ਦੀ ਆਖਰ ਹਾਲਤ ਕੀ ਹੁੰਦੀ, ਜਿਹੜਾ ਕਿਸੇ ਦੀ ਕੀਤੀ ਨੂੰ ਨਾ ਜਾਣਦਾ ਹੋਵੇ। ਹੈਰਾਨ ਹੁੰਦਾ ਇਤਿਹਾਸ ਜਦੋਂ ਮੇਰੇ ਸਾਹਮਣੇ ਆਉਂਦਾ ਕਿ ਅੱਜ ਅਸੀਂ ਉਸੇ ਗੁਰੂ ਦੇ ਸੰਬੰਧ ਵਿੱਚ ਕਿਤਾਬਾਂ ਵਿੱਚ ਇਹੋ ਜਿਹੇ ਲਿਖਾਰੀ, ਇਹੋ ਜਿਹੀਆਂ ਕਲਮਾਂ ਪੈਦਾ ਕਰ ਰਹੇ ਹਾਂ ਕਿ ਭੁਲੇਖਾ ਪਾ ਲਵੇ। ਆ ਮੇਰੇ ਕੋਲ ਕੱਲ੍ਹ ਦੀ ਉਸ ਪਈ ਹੈ, ਬਲਦੇਵ ਸਿੰਘ ਸਿਰਸਾ, ਕੋਈ ਕਰੀਬ 12-13 ਸਾਲ ਪਹਿਲਾਂ ਤੋਂ ਇਹ ਕੇਸ ਲੜ ਰਿਹਾ ਹੈ ਵਿਚਾਰਾ ਇਕੱਲਾ, ਜਿਹੜਾ ਕਿਤਾਬਾਂ ਲੈ ਕੇ, ਕੁਛ ਉਹ ਕਿਤਾਬਾਂ ਜਿਹੜੀਆਂ ਬਾਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਹੋਈਆਂ ਨੇ, ਸਾਰੀ ਹਿਸਟਰੀ ਹੈ ਉਹਨਾਂ। ਬਿਲਕੁਲ, ਤੁਸੀਂ ਚਾਹੋ ਤਾਂ ਮੈਂ ਤੁਹਾਡੇ ਸਾਹਮਣੇ ਕਿਸੇ ਵਕਤ ਵੀ ਕਿਸੇ ਸੱਜਣ ਨੂੰ ਲੋੜ ਹੋਵੇ ਤਾਂ ਇਸ ਵੇਲੇ ਮੇਰੇ ਕੋਲ ਹੈ ਉਹ ਸਾਰੀ ਹਿਸਟਰੀ, ਸਾਰੀ ਉਹ ਵੀਡੀਓ ਤੁਹਾਨੂੰ ਦੇ ਸਕਣਾ। ਉਹਦੇ ਵਿੱਚ ਲਿਖਾਇਆ ਕੀ ਗਿਆ, ਔਰ ਹੈ ਵੀ ਇਹ ਨਹੀਂ ਕਿ ਸਿਰਫ ਕਿਤਾਬ ਜਿਹੜਾ ਮਰਜ਼ੀ ਪੜ੍ਹੇਗਾ। ਜਿਹੜਾ ਨੇ 12ਵੀਂ ਜਮਾਤ ਵਿੱਚ ਉਹ ਕਿਤਾਬਾਂ ਲੱਗੀਆਂ ਹੋਈਆਂ ਨੇ, ਬਕਾਇਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਮਾਣਿਤ ਨੇ ਉਹ ਕਿਤਾਬਾਂ। ਇਹ ਸਭ ਕੁਛ ਮੈਂ ਤੁਹਾਡੇ ਸਾਹਮਣੇ ਸਬੂਤ ਰੱਖ ਸਕਣਾ, ਇਸ ਵੇਲੇ ਮੇਰੇ ਕੋਲ ਮੌਜੂਦ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਉਹ ਕਿਤਾਬਾਂ ਬਾਕਾਇਦਾ ਪ੍ਰਮਾਣਿਤ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਭੇਜ ਕੇ ਛਪਵਾਈਆਂ ਗਈਆਂ ਨੇ ਤਾਂ ਕਿ ਸਾਡਾ ਪੜਦਾ ਟਿਕਿਆ ਜਾਏ, ਔਰ ਉਹਦੇ 'ਚ ਲਫਜ਼ ਪੜ੍ਹੇ ਨਹੀਂ ਜਾਂਦੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਡਾਕੂ ਦੇ ਰੂਪ ਵਿੱਚ ਆਪਣੇ ਕੋਲ ਬਹੁਤ ਸਾਰੇ ਲੁਟੇਰੇ ਅਤੇ ਡਾਕੂ ਰੱਖੇ ਹੋਏ ਸਨ, ਜੰਗਲਾਂ ਵਿੱਚ ਰਹਿੰਦੇ ਸਨ। ਉਹ ਡਾਕੂ ਲੁਟੇਰੇ ਲੁੱਟ ਮਾਰ ਕਰਦੇ ਸਨ ਅਤੇ ਉਹਦੇ ਨਾਲ ਗੁਰੂ ਦਾ ਡੇਰਾ ਚੱਲਦਾ ਸੀ। ਇਸ ਗੱਲ ਦੀ ਸ਼ਿਕਾਇਤ ਮਿਲਣ 'ਤੇ ਸਰਕਾਰ ਨੇ ਫੜਿਆ ਅਤੇ ਸਜ਼ਾ ਦਿੱਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਇੱਥੇ ਬਸ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਇਹ ਗੱਲ ਲਿਖਿਆ ਹੋਇਆ ਮੈਂ ਤੁਹਾਡੇ ਸਾਹਮਣੇ, ਅੱਜ ਮੇਰੇ ਕੋਲ ਵੀਡੀਓ ਮੌਜੂਦ ਹੈ, ਜਿਹੜਾ ਚਾਹੇ ਲੈ ਸਕਦਾ। ਕਿਤਾਬਾਂ ਦਿਖਾ ਕੇ ਉਹ ਸਾਹਮਣੇ ਦੱਸ ਰਿਹਾ ਵੀ ਆਹ ਦੇਖ ਲਓ, ਪੜ੍ਹ ਲਓ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੰਬੰਧ ਵਿੱਚ ਲਿਖਦਾ ਹੈ, ਆਪਣੇ ਪੁੱਤਰਾਂ ਦੇ ਸ਼ਹੀਦ ਹੋਣ ਦੇ ਵਿਯੋਗ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੂਸਾਈਡ ਕੀਤੀ। ਇਹ ਦਸਮ ਪਿਤਾ ਜੀ ਦੇ ਨਾਮ ਜਿਹੜਾ ਸਾਡੇ ਲਈ, ਧਰਮ ਲਈ, ਸਾਡੀ ਦ੍ਰਿੜਤਾ ਲਈ, ਸਾਡੀ ਪਰਪੱਕਤਾ ਲਈ ਆਪਣਾ ਪਰਿਵਾਰ ਵਾਰ ਜਾਂਦਾ, ਉਹਨੂੰ ਇਨਾਮ ਆ ਮਿਲ ਰਿਹਾ। ਅੱਜ ਉਹ ਕਿਤਾਬਾਂ ਸਾਡੇ 12ਵੀਂ ਦੇ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ ਨੇ। ਪਰ ਗੁਰੂ ਇਸੇ ਗੱਲ ਦਾ ਫੈਸਲਾ ਦੇ ਰਿਹਾ ਹੈ, ਕਹਿੰਦਾ ਹੈ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਇਹਦੇ 'ਚ ਦੋਸ਼ ਗੁਰੂ ਦਾ ਨਹੀਂ, ਉਹਨਾਂ ਅਕਿਰਤ ਕਰਨਾ ਦਾ ਹੈ ਜਿਹੜੇ ਅੱਜ ਵੀ ਅਕਿਰਤ ਕਰਨਾ ਹੈ।
सतगुर सभना दा भला मनाएदा दिसदा बुरा क्यों होए। ते पर अगले पासे एक गल दा फैसला दे दिता ने, कहंदे ने जे आ बुरा करन वाला है ओनू भी उन्दे अपनी बुराई दी सजा मिलदी है। सतगुर नू जे हा को इच्छदा ते हा फल पावे कोई। जेड़ा बीजेगा जेड़ा सतगुरु दे संबंध विच एहो जी इच्छा रखेगा ओनू फल भी एहो जी मिलेगा। इसलिए जे सचमुच एहो जी फल मिलदा है जो जिहा गुरु नू इच्छिए तो फिर गुरु नू समझ लेना ही चंगा है, गुरु नू पछाण लेना ही चंगा है। सानू पता होवे की हो। अगे तो मैं हैरान सन गुरु तेग बहादुर पातशाह जी दे संबंध विच एक किताब जदों मेरे सामने आई बंसावली नवा, तो उन्दे विच तां सिर्फ इन्नी गल लिखी सी कि गुरु तेग बहादुर पातशाह जी ने आख्या भी मैं औरंगजेब नूं हिसाब देना है, कीते दा बदला देना, मैं उन्हूं कछु कुम्मे दे रूप विच डंगा मार के मारिया सी ते हुण उन्ने मेरा बदला लैना है। उत्थे चलो शहीदी तो उत्थे ही इन्हें खत्म करती सी। वह किताब भी मेरे कोल पई है जिस किताब विच लिखिया होया है बकायदा ये बंसावली नवा दसां पातशाहियां दी किताब है, उस श्रोमणी कमेटी वालों छपी हुई है, साड़ी लाइब्रेरी विच पई है। अगे तो सिर्फ इन्नी गल सी ते हुण उदों भी वध चढ़ के कर दित्ती कि गुरु तेग बहादुर पातशाह जी लुटेरे सन, डाकू सन, उन्हें अपने कोल डाकू ते लुटेरे रखे हुए सन, लुट्टा मारा कराउंदे सन। इस गल का जदों पता लगा सरकार नूं तां उन्होंने फड़ के सज़ा दे दित्ती। ओ भले हो किसी नूं तां बख्श लो, किसी नूं तां बख्श लो, सिर्फ सिखी नूं खत्म करन लई। सिखी दे हिरदे विच्चों गुरु दी शरदा खत्म है। पिछले दिनां विच इक गल कही सी 1984 वेले जदों हालात ऐसे वापरे तां उदों सिखां नूं ठंडा करन वास्ते किसी ने यह भी पा दिता कि दिल्ली अंदर शीशगंज दे स्थान दी रख्या उदों अग लाउण तों इस हिंदुआं ने कीती कि आख्या कि इत्थे अग नहीं लाई जा सकदी, इह साडा स्थान है। चलो अपना पक्ष चंगा साबित करन लई इह किसे ने उहनां दिनां अंदर पोस्ट पाई सी ते मैं उहनां दिनां अंदर ही इक जवाब दित्ता सी कि भलेओ गल तुहाडी चंगी बहुत चंगी है, तुसीं शीशगंज दी रख्या कीती, पर मैं तुहाडे कोल इह पुछना चाहना शीशगंज तुहानूं चंगा लगदा है ओह शीश नहीं याद रहा जिस शीश ने कुरबानी कीती सी शीशगंज विच, उहदे मुख ते दाड़ा भी सी, उहदे शीश ते दस्तार भी सी। अज शीश ते दस्तार ते मुख ते दाड़े वाले मनुख दा शीश तुहानूं पसंद नहीं, शीशगंज पसंद है। भलिओ उस शीश नूं भी पछाण लो, शीशगंज नूं पछाण वालिओ शीश नूं पछाण लो। अज भी तुहानूं लोड़ पई तां उस शीश ने कम आउणा है जिंदे शीश ते दाड़ा है, जिसदे शीश ते दाड़ा है, जिंदे शीश ते दस्तार है। पर भलिओ सानूं भी अपने आप नूं पछाणना पएगा कि शीश ते दस्तार ते शीश दा दाड़ा जिहड़ा है उहनूं असीं कई रूप दिखा रहे हां। अज साडे बच्चे इस दाड़े अते इस शीश दी दस्तार तों मुनकर हो रहे ने, दूर जा रहे ने, उहनां नूं प्यारा नहीं लग रहा। निरा उहनां नूं ही शीशगंज प्यारा उहनां ने कहा, पर उहनां नूं इह शीश प्यारा नहीं, उह तां किते रहि गया। साडे बच्चिआं नूं ही शीश प्यारा नहीं, कारण की? क्योंकि असी अपना सिद्धांत गुरु वाला नहीं दिखा रहे। वह सिद्धांत गुरु वाला है श्री गुरु ग्रंथ साहब विच। जिन्नी देर श्री गुरु ग्रंथ साहब नूं अपने जीवन का हिस्सा नहीं बनाउंदे उन्नी देर साडे बच्चे भी कल नूं इहो गल आखणगे सानूं शीश चंगा शीश प्यारा नहीं। पर
एक गल ख्याल करो, गुरु ने अपनी रचना तो यो गल आखी है, कहन लगे पहले हो मैं विश्वास दवाना मैनू किसी नाल दुश्मनी नहीं। मेरे सामने जे ब्राह्मण कश्मीरी आए तो मैं उन्हां दी रक्षा लई, उन्हां दी बांह फड़ लई, जे कोई इस्लाम दा समा आ जांदा तो यो इस्लाम आ जांदा मैं उन्हां दा भी बांह फड़ लैंदा। मेरे वास्ते सारी मनुखता जगत जलंदा रख लै अपनी कृपाधार दी, आवाज़ देन वाला कदे किसी फिरके नाल नहीं जुड़ता। यो गल अज दे शब्द विच सतगुरु ने आखी, कहन लगे सतगुर सपना दा भला मनाए दा, सतगुर सपना दा भला मनाए दा, याद रखियो सतगुर नो जे हां को इच्छला ते हां फल पावे को, सतगुर नो सिद्धांत विचों देखना है। श्री गुरु ग्रंथ साहब की बाणी गुरु का सदू सिद्धांत रूप स्वरूप है, वखरा नहीं, कहिंदा कुछ होर ते करदा कुछ होर नहीं, वह सारियां दा है। सारी सृष्टि का राजक है, सारी सृष्टि की बांह फड़न वाला है। कोई भी दुखिया होने शब्द जड़ा पहला पढ़िया सी, साहिब नितानिया का तान, कोई भी निमाना बन के, कोई भी सच्चे दिलों गुरु के दरबार अंदर गुरु दा बन के अपने दुख अपने फिक्र अपनिया चिंतावां भेंट करना आवे ते गुरु आवाज़ दिंदा है आ भलिया दुख पर हर सुख कर ले जाए। आप रोज पढ़ने हैं दुख पर हर सुख कर ले जाए, आ दुख इतने छड़ जा सुख ले जा, तेरे लिए सुखा का खजाना गुरु बन बैठा है। इन्हों शब्दों नाल खिमांदा जा चुका, नाल ही बेनती करा बड़ी देर विचों इंडिया नहीं जा सकिया, उतों की संगत का प्यार भी बहुत ज्यादा बेबिल हो गया सी। हुण तां इस बार बहुत ही कोशिश की गई भी मैं किसी तरह थोड़े टाइम वास्ते आ जावां, तो इसलिए इस दीवान तो बाद हुण कुछ समय लई इंडिया जा रहा। गुरु जैसे रखे
ਜਿਸ ਤਰ੍ਹਾਂ ਸੇਵਾ ਲਵੇ, ਹੋ ਸਕਦਾ ਮਹੀਨਾ ਦੋ ਮਹੀਨੇ ਲੱਗ ਜਾਣ ਅਤੇ ਫਿਰ ਵਾਪਸੀ ਦਾ ਇਤਲਾਹ ਤੁਹਾਨੂੰ ਦਿੰਦੇ ਰਹਿਣਗੇ। ਰਾਜੀਵ ਪਾਲ ਸਿੰਘ ਜੀ ਮਿਲ ਕੇ ਇਸ ਸੰਸਥਾਨ ਦੀ ਸੇਵਾ ਕਰਦੇ ਰਹਿਣਗੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।